ਪਹਿਲਾਂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਭਲੀਨ ਸਿੰਘ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸਦਾ ਸਿਰਲੇਖ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਇਹ ਕਵਿਤਾ ਸਰਦਾਰ ਚਰਨ ਸਿੰਘ ਸਫਰੀ ਜੀ ਦੀ ਲਿਖੀ ਹੋਈ ਹੈ। ਕਵਿਤਾ ਪੇਸ਼ ਹੈ ਜੀ। ਕਲ ਯੁਗ ਦਾ ਹਨੇਰਾ ਚੁੱਕਣ ਲਈ ਇੱਕ ਜੋਤ ਜਗਤ ਵਿੱਚ ਆਈ ਏ, ਕੁੱਲ ਭਾਰਤ ਦੇ ਵਿੱਚ ਚਾਨਣ ਏ ਰੁਸ਼ਨਾਈ ਏ ਰੁਸ਼ਨਾਈ ਏ। ਅੱਜ ਦੇਵਤਿਆਂ ਨੇ ਅੰਬਰ ਤੋਂ ਫੁੱਲਾਂ ਦੀ ਵਰਖਾ ਲਾਈ ਏ, ਵਡਭਾਗਾ ਨਗਰ ਵਡਾਲੀ ਦਾ ਗੁਰੂ ਅਰਜਨ ਦੀ ਵਡਿਆਈ ਏ। ਇਹ ਵਰ ਹੈ ਬਾਬੇ ਬੁੱਢੇ ਦਾ, ਇਹ ਵਰ ਹੈ ਬਾਬੇ ਬੁੱਢੇ ਦਾ, ਜਗ ਵੀਰਤਾ ਇਸ ਦੀ ਮੰਨੇਗਾ। ਮੈਂ ਗੰਢੇ ਦਾ ਸਿਰ ਭੰਨਿਆ ਏ, ਇਹ ਮੁਗਲਾਂ ਦੇ ਸਿਰ ਭੰਨੇਗਾ। ਸਤਿਗੁਰ ਨੇ ਕਿਹਾ ਲੜਾਈ ਇਹ, ਗੁਰਸਿੱਖੋ ਲੜਨੀ ਏ ਲੜਨੀ ਪੈਣੀ ਏ, ਲੱਖ ਇਸ ਮਨਲ ਵਿੱਚ ਘਾਟਾ ਏ, ਇਹ ਘਾਟੀ ਚੜ੍ਹਨੀ ਪੈਣੀ ਏ। ਇਹ ਬੜੀ ਪੜ੍ਹਾਈ ਮੁਸ਼ਕਿਲ ਏ, ਪੜ੍ਹਨੀ ਏ ਪੜ੍ਹਨੀ ਪੈਣੀ ਏ, ਹੱਥ ਵਿੱਚ ਮਾਲਾ ਪਕੜਨ ਵਾਲੜਿਓ ਤਲਵਾਰ ਵੀ ਫੜਨੀ ਪੈਣੀ ਏ। ਜਦ ਜ਼ੁਲਮ ਸਿਖਰ ਤੇ ਪਹੁੰਚ ਗਿਆ, ਜਦੋਂ ਆ ਗਈ ਗੱਲ ਅਖੀਰੀ ਦੀ, ਦੋ ਤੇਗਾ ਸਤਿਗੁਰ ਪਾ ਲਈਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਇੱਕ ਰਾਜ ਭਾਗ ਦੀ ਮਾਲਿਕ ਸੀ, ਇੱਕ ਨਿਰੀ ਫਕੀਰ ਕਹਾਉਂਦੀ ਸੀ, ਇੱਕ ਜ਼ਖਮ ਕਰੇਂਦੀ ਦੁਸ਼ਮਣਾਂ ਨੂੰ, ਇੱਕ ਜ਼ਖਮ ਤੇ ਮਲਬਾ ਲਾਉਂਦੀ ਸੀ, ਇੱਕ ਅੰਮ੍ਰਿਤ ਵਰਖਾ ਕਰਦੀ ਸੀ, ਇੱਕ ਲਹੂਆਂ ਦੇ ਵਿੱਚ ਨਹਾਉਂਦੀ ਸੀ, ਇੱਕ ਜ਼ੁਲਮ ਨੂੰ ਰੋੜੀ ਜਾਂਦੀ ਸੀ, ਇੱਕ ਰੁੜਦਾ ਧਰਮ ਬਚਾਉਂਦੀ ਸੀ। ਇਹ ਜੋੜੀ ਸੁੰਦਰ ਤੇਗਾਂ ਦੀ ਕਰ ਵੱਖਰੀ ਵੱਖਰੀ ਕਾਰ ਗਈ, ਇੱਕ ਪੈਂਦੇ ਖਾਂ ਨੂੰ ਡੋਬ ਗਈ, ਇੱਕ ਬਿਧੀ ਚੰਦ ਨੂੰ ਤਾਰ ਗਈ। ਜੋ ਬੰਦ 52 ਰਾਜੇ ਸਨ, ਸਤਿਗੁਰ ਨੇ ਹਾਮੀ ਭਰ ਦਿੱਤੀ, ਉਸ ਬੰਦੀ ਛੋੜ ਨੇ ਸਪਨਾ ਦੀ, ਝਟ ਬੰਦ ਖਲਾਸੀ ਕਰ ਦਿੱਤੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅਰਜਨ ਦੇ ਵੀਰ ਸਪੁੱਤਰ ਨੇ ਚੁਣ ਚੁਣ ਸ਼ਤਰੂ ਮਾਰੇ ਨੇ, ਗੰਗਾ ਦੀ ਅਜ਼ਮਤ ਰੱਖ ਲਈ, ਗੰਗਾ ਦੇ ਅੱਖ ਦੇ ਤਾਰੇ ਨੇ, ਗੰਗਾ ਦੇ ਅੱਖ ਦੇ ਤਾਰੇ ਨੇ। ਅੰਮ੍ਰਿਤਸਰ ਸੋਮਾ ਅੰਮ੍ਰਿਤ ਸਤਿਗੁਰ ਦੀ ਅਮਰ ਨਿਸ਼ਾਨੀ ਏ, ਅਸੀਂ ਭਾਰਤ ਦੇ ਵਿੱਚ ਜਾਂਦੇ ਆ, ਇਹ ਗੁਰੂਆਂ ਦੀ ਕੁਰਬਾਨੀ ਏ। ਉਹ ਨਕਲੀ ਗੁਰੂਆਂ ਸਮੇਂ ਦਿਓ, ਕੁਛ ਤਾਂ ਹਿਰਦਾ ਵੱਲ ਕਰੋ, ਇੱਕ ਆਪਣੇ ਹਲਵੇ ਮਾਂਡੇ ਲਈ ਨਾ ਲੋਕਾਂ ਨਾਲ ਵੱਲ ਚੱਲ ਕਰੋ। ਗੱਦੀ ਦੀ ਕੀਮਤ ਪੁੱਛ ਵੇਖੋ, ਉਹਨਾਂ ਰੱਤ ਭਿੱਜੀਆਂ ਤਲਵਾਰਾਂ ਤੋਂ, ਚਮਕਾਰ ਤੋਂ ਪੁੱਛੋ ਜਾਂ ਪੁੱਛੋ ਸਰਹੰਦ ਦੀਆਂ ਦੀਵਾਰਾਂ ਤੋਂ। ਦਿੱਲੀ ਵਿੱਚ ਸੀਸ ਕਟਾਉਣਾ ਕੀ, ਦਿੱਲੀ ਵਿੱਚ ਸੀਸ ਕਟਾਉਣਾ ਕੀ, ਦਾੜੇ ਕਟਵਾਉਂਦੇ ਫਿਰਦੇ ਹੋ, ਇੱਕ ਲਹੂ ਲਵਾ ਕੇ ਚੀਚੀ ਨੂੰ ਮਨਸੂਰ ਕਹਾਉਂਦੇ ਫਿਰਦੇ ਹੋ। ਇਹ ਪੰਥ ਖਾਲਸਾ ਸਫਰੀ ਲਹੂਆਂ ਦੀ ਭੇਟ ਚੜਾਏਗਾ, ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਹੈ ਨਾ ਆਵੇਗਾ, ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਹੈ ਨਾ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।